ਤਰਬੀਅਤ ਦਾ ਦੂਸਰਾ ਤਰੀਕਾ ਬਾਬਾ ਜੀ ਮੇਰੇ ਵੱਲ ਵੇਖਣਾ, ਐਵੇਂ ਪੋਤਾ ਦੋਤਾ ਸ਼ਰਾਰਤ ਕਰੇ, ਵਾਧੀ ਘਾਟੀ ਦਾ ਕਰੇ ਨਾ ਕਰੇ ਨਾ, ਤੇ ਕਾਲਿਆ ਨਹੀਂ ਪੈਂਦਾ। ਦੁਆ ਦੁਆ ਦੁਆ, ਉਹ ਤੇਰਾ ਅੱਲਾ ਬੇੜਾ ਤਾਰੇ, ਉਹ ਤੈਨੂੰ ਅੱਲਾ ਕਾਮਯਾਬ ਕਰੇ, ਉਹ ਤੈਨੂੰ ਅੱਲਾ ਹਰਮ ਦਾ ਇਮਾਮ ਬਣਾਏ, ਉਹ ਪੁੱਤ ਅੱਲਾ ਤੈਨੂੰ ਖੁੱਲ੍ਹਾ ਰਿਜ਼ਕ ਦੇ। ਬਾਬਿਓ ਦੁਆਵਾਂ ਦੇ ਢੇਰ ਲਾ ਦਿਆ ਕਰੋ, ਇਹ ਤੁਹਾਡੇ ਚਿੱਟੇ ਵਾਲਾਂ ਦਾ ਰੱਬ ਬੜਾ ਹਯਾ ਕਰਦਾ ਜੇ। ਇਹ ਦਿਲ ਅੰਦਰ ਛੋਟੀਆਂ ਛੋਟੀਆਂ ਬੱਚੀਆਂ ਦੀਆਂ ਸ਼ਰਾਰਤਾਂ ਲੈ ਕੇ ਨਾ ਸੀਨੇ ਤੰਗ ਨਹੀਂ ਰੱਖਣੇ, ਤਰਬੀਅਤ ਦਾ ਦੂਜਾ ਉਸੂਲ ਇਹਵੇ। ਇਹਨਾਂ ਵਾਸਤੇ ਰੱਜ ਰੱਜ ਦੁਆ ਕਰਨੀ ਹੈ, ਇਹਨਾਂ ਵਾਸਤੇ ਹਰ ਮੌਕੇ 'ਤੇ ਦੁਆ ਕਰਨੀ ਹੈ। ਲਓ ਚਾਰ ਗੱਲਾਂ ਰਹਿ ਗਈਆਂ ਨੇ, ਸੁਣ ਲਓ ਅਤੇ ਗੱਲ ਖਤਮ ਕਰਾਂ। ਫਰਮਾਇਆ ਇਨਮਾ ਯੁਰੀਦੁਲਲਾਹੁ ਲਿਯੁਦਹਿਬਾਨਕੁਮ ਅਰ-ਰਿਜਸਾ ਅਹਲਲ ਬੈਤ ਵਯੁਤਹਿਰਕੁਮ ਤਤਹੀਰਾ। ਪਨਾ ਅੰਦਰ ਦੇਣਾ, ਦੁਆਵਾਂ ਕਰਦਿਆਂ ਰਹਿਣਾ। ਜ਼ਰਾ ਤੀਸਰੀ ਗੱਲ ਵੀ ਤਵੱਜੋ ਦੇ ਨਾਲ ਸੁਣਿਆ ਜੇ, ਹਜ਼ਰਤ ਹਸਨੋ ਹੁਸੈਨ ਦੀ ਆਲਾ ਤਰਬੀਅਤ ਦਾ ਜਿਹੜਾ ਤੀਜਾ ਉਸੂਲ। ਮਾਸ਼ਾਅੱਲਾ, ਇੰਨਾ ਪੈਂਡਾ ਕਰਕੇ ਆਏ ਹੋ, ਇਹ ਤਾਂ ਰੱਬ ਦੀਆਂ ਰਹਿਮਤਾਂ ਨੇ ਨਾ। ਤੁਸੀਂ ਗਰਮੀ ਅੰਦਰ ਆਏ ਹੋ, ਅੱਲਾ ਪਾਕ ਨੇ ਮਾਹੌਲ ਠੰਡਾ ਮਿੱਠਾ ਸੋਹਣਾ ਅਤੇ ਬਾਰਿਸ਼ ਵਾਲਾ ਕਰ ਦਿੱਤਾ, ਅਤੇ ਮੈਂ ਫਿਰ ਇੱਕ ਹੋਰ ਦੁਆ ਕਰਨਾ। ਅੱਲਾ ਸਾਨੂੰ ਇੰਜੀ ਸਾਨੂੰ ਤਸੱਵਰ ਵੀ ਨਾ ਹੋਏ ਕਿ ਅੱਲਾ ਪਾਕ ਨੇ ਇੰਨੀ ਛੇਤੀ ਅਤੇ ਇੰਜ ਬਗੈਰ ਹਿਸਾਬ ਨਾਲ ਜੰਨਤ ਦੇਣੀ ਸੀ। ਅੱਲਾ ਸਾਡੀਆਂ ਸੋਚਾਂ ਵੀ ਉੱਥੇ ਨਾ ਪਹੁੰਚ ਸਕਣ, ਅੱਲਾ ਸਾਨੂੰ ਬਗੈਰ ਹਿਸਾਬ ਦੇ ਜੰਨਤ ਅਤਾ ਫਰਮਾ ਦੇ, ਅੱਲਾ ਸਾਨੂੰ ਵਾਰ ਵਾਰ ਉਮਰੇ ਨਸੀਬ ਫਰਮਾ ਦੇ। ਅੱਜ ਆਇਆ ਅੱਲਾ ਫਿਰ ਜਾਣ ਦੀ ਤੌਫੀਕ ਦੇ ਦੇ, ਅੱਲਾ ਸਾਨੂੰ ਵਾਰ ਵਾਰ ਜ਼ਮਜ਼ਮ ਪੀਣ ਦੀ ਤੌਫੀਕ ਤਾਂ ਫਰਮਾ ਦੇ। ਹੁਣ ਜ਼ਰਾ ਤੀਸਰੇ ਉਸੂਲ 'ਤੇ ਗੌਰ ਫਰਮਾਣਾ। ਹਜ਼ਰਤ ਹਸਨੋ ਹੁਸੈਨ ਦੀ ਆਲਾ ਤਰਬੀਅਤ ਦਾ ਜਿਹੜਾ ਤੀਸਰਾ ਉਸੂਲ ਹੈ, ਹਸਨੋ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਦੀ ਤਰਬੀਅਤ। ਨਬੀ ਅਲੈਹਿਸਸਲਾਮ ਨੇ ਇਹਨਾਂ ਨੂੰ ਦੀਨ ਸਿਖਾਇਆ, ਤਵੱਜੋ ਮੇਰੇ ਵੱਲ, ਇਹਨਾਂ ਨੂੰ ਦੀਨ ਸਿਖਾਇਆ। ਆਪਣੀਆਂ ਬੇਟੀਆਂ ਨੂੰ ਦੀਨ ਸਿਖਾਇਆ ਕਰੋ, ਬੱਚੀਆਂ ਨੂੰ ਦੀਨ ਸਿਖਾਇਆ ਕਰੋ। ਆ ਮੈਂ ਹੈਰਾਨ ਹੁੰਦਾ, ਕਈ ਬਦਬਖਤ ਵਾਲਦਿਆਂ ਨੂੰ ਕਹਿਣੇ ਚਾਹੀਦੇ ਨੇ ਬੱਚੇ ਜੁਗਤਾਂ ਮਾਰਦੇ, ਬਲਕਿ ਖੁਦ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਇਹਨਾਂ ਬੇਦੀਨੀ ਸਿਖਾਈਏ, ਖੁਦ ਆਪਣੇ ਘਰ 'ਚ ਇਹਨਾਂ ਨੇ ਬੇਪਰਦਗੀ ਸਿਖਾਈਏ, ਖੁਦ ਆਪਣੇ ਘਰ ਦੇ ਅੰਦਰ ਇਹਨਾਂ ਨੇ ਅਵਾਰਗੀ ਸਿਖਾਈ। ਆ ਮੈਂ ਚੰਦ ਦਿਨ ਪਹਿਲੇ ਦੀ ਗੱਲ ਹੈ, ਇੱਕ ਬਾਪ ਨਾ ਇੱਕ ਪ੍ਰੋਗਰਾਮ 'ਚ ਬੈਠਾ, ਅੱਛਾ ਉਹਦਾ ਪੁੱਤਰ ਪਰਲੇ ਦਰਜੇ ਦਾ ਜੁਗਤਬਾਜ਼ ਹੈ ਅਤੇ ਗੈਰ ਮੁਸਲਿਮ ਲੜਕੀਆਂ ਦੇ ਨਾਲ ਅਜੀਬ ਪਖੰਡਬਾਜ਼ੀਆਂ ਕਰਦਾ, ਨਜ਼ੇਬਾਂ ਹਰਕਤਾਂ ਕਰਦਾ, ਬੜਾ ਵੱਡਾ ਟਿਕ ਟੋਕਰ, ਉਹ ਕਿਤੇ ਲੱਖਾਂ ਰੁਪਈਆ ਕਮਾਉਂਦਾ, ਅਤੇ ਉਹਦਾ ਬਾਪ ਪ੍ਰੋਗਰਾਮ 'ਚ ਬਹਿ ਕੇ ਪਤਾ ਕੀ ਕਹਿ ਰਿਹਾ ਸੀ? ਅੱਲਾ ਪਾਕ ਨੇ ਸਾਨੂੰ ਬੜੀ ਇੱਜ਼ਤ ਦਿੱਤੀ, ਕਹਿ ਰਿਹਾ ਅੱਲਾ ਪਾਕ ਨੇ ਸਾਨੂੰ ਬੜੀ ਇੱਜ਼ਤ ਦਿੱਤੀ, ਯਾਨੀ ਪਰਲੇ ਦਰਜੇ ਦਾ ਬੇਦੀਨ ਗੈਰ ਮੁਸਲਿਮ ਔਰਤਾਂ ਦੇ ਨਾਲ ਨਜ਼ੇਬਾਂ ਹਰਕਤਾਂ ਕਰਨ ਵਾਲਾ, ਗੰਦੀਆਂ ਜੁਗਤਾਂ ਮਾਰਨ ਵਾਲਾ। ਅਤੇ ਬਾਪ ਹੋਣੀ ਕਹਿ ਰਹੇ ਨੇ ਕਿ ਸਾਡੇ ਪੁੱਤਰ ਨੂੰ ਅੱਲਾ ਨੇ ਬੜੀ ਇੱਜ਼ਤ ਦਿੱਤੀ। ਇੱਜ਼ਤ ਹੈ ਤੇਰਾ ਬੱਚਾ ਉਲਮਾ ਨਾਲ ਪਿਆਰ ਕਰੇ, ਇੱਜ਼ਤ ਹੈ ਤੇਰਾ ਬੱਚਾ ਤਹੱਜੁਦ ਗੁਜ਼ਾਰ ਹੋਏ, ਇੱਜ਼ਤ ਐਵੇਂ ਤੇਰਾ ਬੱਚਾ ਮਸਜਿਦ ਅੰਦਰ ਅਜ਼ਾਨਾਂ ਦੇਵੇ, ਇੱਜ਼ਤ ਐਵੇਂ ਤੇਰਾ ਬੱਚਾ ਮਿੰਬਰ ਤੇ ਖੜਾ ਹੋਏ। ਨਬੀ ਅਲੈਹਿਸਸਲਾਮ ਨੇ ਤਾਲੀਮ ਸਿਖਾਈ ਹੈ। ਹਜ਼ਰਤ ਹਸਨ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ ਨੇ, ਅੱਲਮਨੀ ਰਸੂਲੁੱਲਾਹ ਸੱਲਲਾਹੁ ਅਲੈਹਿ ਵਸੱਲਮ ਕਲਿਮਾਤਿਨ ਅਕੂਲੁਹੁੰਨਾ ਫਿਲ ਵਿਤਰ। ਹਜ਼ਰਤ ਹਸਨ ਫਰਮਾਉਂਦੇ ਨੇ ਨਬੀ ਅਲੈਹਿਸਸਲਾਮ ਨੇ ਮੈਨੂੰ ਇੱਕ ਦੁਆ ਸਿਖਾਈ, ਅਤੇ ਆਪ ਨੇ ਫਰਮਾਇਆ ਪੁੱਤਰ ਹਸਨ ਇਹ ਦੁਆ ਵਿਤਰ ਦੀ ਨਮਾਜ਼ ਅੰਦਰ ਪੜਿਆ ਕਰ। ਆ ਜਿਹੜੀ ਦੁਆਏ ਵਿਤਰ ਪੜ੍ਹਦੀ ਉਹਨੂੰ ਅੱਲਾ ਹੁਮਾ ਹਦੇਨੀ ਫੀਮਨ ਹਦਈ ਤੁਆਫ ਹੈ ਨੀ,
ਫੀਮਨ ਆਫਈਤ ਵ ਤਵੱਲਨੀ, ਫੀਮਨ ਤਵੱਲਈਤ ਵ ਬਾਰਕਲੀ, ਫੀਮਾ ਅਤਈਤ ਵਕਨੀ, ਸ਼ਰਮਾ ਕਦਈਤ ਇਨਾ ਕ ਤਕਦੀ ਵਲਾ ਯੁਕਦਾ ਲਈਦ, ਇਨਹੁ ਲਾ ਯਜ਼ਿਲੁ ਮੰਵਾ ਲਈਦ, ਵਲਾ ਯਇਜ਼ੁ ਮਨਾ ਦਈਦ, ਤਬਾਰਕ ਰੱਬਨਾ ਬਤਾ ਲਈਦ, ਵਸੱਲੱਲਾਹੁ ਅਲੈ ਨਬੀ। ਇਹ ਜਿਹੜੇ ਕਲਿਮਾਤ ਪੜ੍ਹਦੇ ਹੋ, ਨਬੀ ਅਲੈਹਿਸਸਲਾਤੁ ਵਸਸਲਾਮ ਦੇ ਕੋਲੋਂ 6 ਸਾਲ ਦੀ ਉਮਰ ਦੇ ਅੰਦਰ, 7 ਸਾਲ ਦੀ ਉਮਰ ਦੇ ਅੰਦਰ ਹਜ਼ਰਤ ਹਸਨ ਨੇ ਸਿੱਖੇ ਨੇ ਅਤੇ ਸਿੱਖ ਕੇ ਪੜ੍ਹੇ ਨੇ, ਅਤੇ ਇਹ ਵਿਤਰਾਂ ਦੀ ਦੁਆ ਹਜ਼ਰਤ ਹਸਨ ਨੇ ਉਮਤ ਨੂੰ ਤੋਹਫੇ ਅੰਦਰ ਅਤਾ ਕੀਤੀ ਹੈ। ਮੈਂ ਤੇ ਹਾਜੀ ਸਾਹਿਬ ਕਹਾ ਕਰਨਾ, ਜਿਹੜਾ ਬੰਦਾ ਆਉਂਦਾ ਨਾ ਸ਼ੇਖ ਸਾਹਿਬ, ਮੇਰੇ ਕੋਲ ਲੰਮੇ ਚੌੜੇ ਅਜ਼ਕਾਰ ਨਹੀਂ ਪੜੇ ਜਾਂਦੇ, ਮੇਰਾ ਯੂਟਿਊਬ ਤੇ ਮੁਸਤਕਿਲ ਖੁਤਬਾ ਦੁਆਏ ਵਿਤਰ ਤੇ, ਦੁਆ ਵਿਤਰ ਬੜੇ ਵਜਦ ਨਾ ਪੜਿਆ ਕਰ। ਅੱਲਾ ਦੀਨੋ ਦੁਨੀਆ ਦੇ ਸਾਰੇ ਖਜ਼ਾਨੇ ਅਤਾ ਫਰਮਾ ਦਿੰਦੇ ਨੇ ਔਲਾਦ ਨੂੰ ਦੀਨ ਦੇ ਕੇ। ਜੈਸੇ ਆਪਸ ਦੀ ਗੱਲ ਹੈ, ਸਵਾਲ ਇੱਕ ਕਰਾਂ, ਬੇਟੀ ਨੇ ਐੱਫ ਏ ਕਰ ਲਿਆ ਹੋਏਗਾ, ਬੀ ਏ ਕਰ ਲਿਆ ਹੋਏਗਾ, ਪੁੱਤਰ ਮਾਸ਼ਾਅੱਲਾ ਕਾਰੋਬਾਰੀ ਹੋਏਗਾ, ਮੇਰਾ ਵੇਖੋ ਪੁੱਤਰ ਤੇਰਾ ਕੰਮ ਕਾਜ ਕਰਦਾ ਹੋਏਗਾ, ਜਵਾਨ ਹੋਏਗਾ। ਹਾਜੀ ਸਾਹਿਬ, ਪੁੱਤਰ ਨੂੰ ਤੁਸੀਂ ਐਤੁਲ ਕੁਰਸੀ ਦਾ ਤਰਜਮਾ ਵੀ ਯਾਦ ਕਰਾਇਆ? ਓਏ ਬਾਪ ਵੀ ਬਣੋ, ਉਸਤਾਦ ਵੀ ਬਣੋ, ਬਾਪ ਵੀ ਬਣੋ, ਕਦੀ ਨਮਾਜ਼ ਦਾ ਤਰਜਮਾ ਯਾਦ ਕਰਾਓ, ਕਦੀ ਐਤੁਲ ਕੁਰਸੀ ਯਾਦ ਕਰਾਓ, ਕਦੀ ਆਖਰੀ ਕੁਲ ਯਾਦ ਕਰਾਓ, ਦੀਨ ਦੇ ਕੇ ਜਾਓ, ਦੀਨ ਦੀ ਤਾਲੀਮ ਦੇ ਕੇ ਜਾਓ। ਇਨਮਾ ਯੁਰੀਦੁੱਲਾਹੁ ਲਿਯੁਦਹਿਬਾਨ ਕੁਮੁਰ ਰਿਜਸਾਹ ਲਲ ਬਈਤ ਵਾਯੁਤਹਿਰਕੁਮ ਤਤਹੀਰਾ। ਆਓ ਹਜ਼ਰਾਤ ਸੀਵਕਾਰ, ਜਿਹੜੀ ਮੈਂ ਚੌਥੀ ਗੱਲ ਬਿਆਨ ਕਰਨੀ ਚਾਹੁੰਦਾ, ਨਬੀ ਅਲੈਹਿਸਲਾਮ ਨੇ ਹਜ਼ਰਤ ਹਸਨ ਹੁਸੈਨ ਦੀ ਕੈਸੀ ਤਰਬੀਅਤ ਫਰਮਾਈ ਹੈ, ਸੈਯਦਨਾ ਅਲੀ ਨੇ ਕੈਸੀ ਤਰਬੀਅਤ ਫਰਮਾਈ ਹੈ, ਸੈਯਦਾ ਫਾਤਿਮਾ ਨੇ ਕੈਸੀ ਤਰਬੀਅਤ ਫਰਮਾਈ ਹੈ। ਔਲਾਦਾਂ ਅੱਲਾ ਦੀ ਪਨਾਹ ਅੰਦਰ ਦੇ ਕੇ ਜਾਇਆ ਜੇ, ਇੱਧਰ ਵੇਖੋ, ਲੈਣਾ ਤੇ ਨਾ ਆਪਣਾ ਨਸੀਬ ਹੈ ਬਾਬਾ ਜੀ, ਪਰ ਦੁਆ ਅੰਦਰ ਕਮੀ ਨਾ ਛੱਡਿਆ ਜੇ, ਰੋਣ ਅੰਦਰ ਕਮੀ ਨਾ ਛੱਡਿਆ ਜੇ, ਲੈਣਾ ਇਹਨਾਂ ਨੇ ਆਪਣਾ ਨਸੀਬ ਹੀ ਹੈ, ਪਰ ਦੀਨ 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 ਕਰਦੇ ਹੀ ਟੁਰ ਜਿਆ ਜੇ, ਤੁਸੀਂ ਅੱਲਾਹ ਦੇ ਕਾਗਜ਼ਾਂ 'ਚ ਇਨਸ਼ਾਅੱਲਾ ਕਾਮਯਾਬ ਹੋ। ਚੌਥੀ ਗੱਲ ਇਹ ਵੇ, ਹਲਾਲ ਦੇ ਮਾਮਲੇ 'ਚ ਬੜੀ ਸਖਤੀ ਕਰਨੀ ਹੈ, ਹਰਾਮ ਦਾ ਲੁਕਮਾ ਮੂੰਹ ਦੇ ਨੇੜੇ ਨਹੀਂ ਆਉਣ ਦੇਣਾ। ਤੇਰਾ ਪੁੱਤਰ ਲੱਖਾਂ ਡਾਲਰ ਕਮਾਏ ਨਾ ਟਿਕ ਟਾਕ 'ਤੇ ਫਾਸ਼ੀ ਕਰਕੇ, ਬਗੈਰਤੀ ਕਰਕੇ, ਉਹਨੂੰ ਜੁੱਤੀ ਦੀ ਨੋਕ 'ਤੇ ਸੁੱਟ ਦੇ, ਉਹਨੂੰ ਕਹ ਪੁੱਤਰ ਮੈਂ ਨਮਕ ਖਾ ਕੇ ਟੁਰ ਜਾਵਾਂਗਾ, ਪੁੱਤਰ ਮੈਂ ਮੰਗ ਕੇ ਟੁਰ ਜਾਵਾਂਗਾ, ਪੁੱਤਰ ਮੈਂ ਪਾਟੇ ਪੁਰਾਣੇ ਕੱਪੜੇ ਪਾ ਕੇ ਟੁਰ ਜਾਵਾਂਗਾ, ਬੇਟਾ ਮੈਨੂੰ ਤੇਰੀ ਹਰਾਮ ਦੀ ਕਮਾਈ ਨਹੀਂ ਚਾਹੀਦੀ, ਆਨਲਾਈਨ ਤੇਰੇ ਹਰਾਮ ਦੇ ਧੰਦੇ ਨਹੀਂ ਚਾਹੀਦੇ, ਪੁੱਤਰ ਜੇ ਹੱਕ ਹਲਾਲ ਦੀ ਕਮਾ ਕੇ ਕੋਈ ਤਲੀ 'ਤੇ ਰੱਖ ਦੇਵੇਂ ਤਾਂ ਵਾਹ ਅਲਹਮਦੁਲਿਲਾ, ਵਰਨਾ ਪੁੱਤਰ ਮੈਨੂੰ ਹਰਾਮ ਦੇ ਚਰਗੇ ਨਹੀਂ ਚਾਹੀਦੇ, ਮੈਨੂੰ ਹਰਾਮ ਦੇ ਬੈੱਡ 'ਤੇ ਕੋਠੀਆਂ ਨਹੀਂ ਚਾਹੀਦੀਆਂ, ਮੈਂ ਉਸ ਹਰਾਮ ਖੋਰ ਦੀ ਕੋਠੀ ਤੋਂ ਤੇਰੇ ਪੁਰਾਣੇ ਪਿੰਡ ਦੇ ਟੁੱਟੇ ਮਕਾਨ ਦੇ ਟੁੱਟੇ ਦਰਵਾਜ਼ੇ ਨੂੰ ਵੀ ਖੁਦਾ ਦੀ ਕਸਮੇ ਕੁਰਬਾਨ ਕਰਦੇ ਹਾਂ, ਜਿਹੜਾ ਕੰਮ ਅਜ਼ ਕੰਮ ਹੱਕ ਹਲਾਲ ਦਾ ਬਣਾਇਆ। ਹਜ਼ਰਤ ਹਸਨ ਰਜ਼ੀ ਅੱਲਾਹੁ ਤਾਲਾ ਅਨਹੁ ਨਬੀ ਪਾਕ ਦੇ ਸਿਹਾਬਾ ਦੇ ਯਾਰਾਂ 'ਚ ਬੈਠੇ ਨੇ, ਗੱਲ ਸੁਣਿਓ ਧਿਆਨ ਨਾਲ, ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ, ਫਿਰ ਬੋਲੋ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਪਿਆਰੇ ਨਿਵਾਸੇ, ਗੱਲ ਸੁਣਿਆ ਜੀ, ਹਜ਼ਰਤ ਹਸਨ ਰਜ਼ੀ ਅੱਲਾਹੁ ਤਾਲਾ ਅਨਹੁ ਲੋਕ ਕਹਿਣ ਲੱਗੇ, ਤੁਸੀਂ ਨਬੀ ਅਲੈਹਿਸਲਾਮ ਦੀ ਗੋਦ 'ਚ 5-7 ਸਾਲ ਗੁਜ਼ਾਰੇ ਨੇ ਅਤੇ ਅੱਲਾਹ ਦੇ ਨਬੀ ਪਾਕ 'ਤੇ ਨਹੀਂ ਰਹਿ, ਅਤੇ ਹਸਨ ਤੁਹਾਨੂੰ ਕੋਈ ਗੱਲ ਯਾਦ ਹੈ, ਕੋਈ ਵਾਕਿਆ ਯਾਦ ਹੈ? ਜੇ ਯਾਦ ਹੈ ਤਾਂ ਸਾਨੂੰ ਸੁਣਾ ਕੇ ਸਾਡਾ ਈਮਾਨ ਤਾਜ਼ਾ ਕਰ ਦਿਓ। ਤੇਰੇ ਯਾਰ ਤੇਰੀ ਮਹਿਫਲ
ਸਜਾਵਣਗੇ ਤੇਰੀ ਯਾਦ 'ਚ ਆਂਸੂ ਬਹਾਵਣਗੇ। ਹਸਨ ਅੱਲਾ ਦੇ ਨਬੀ ਟੁਰ ਗਏ ਨੇ, ਤੁਸੀਂ ਉਹਨਾਂ ਦੀ ਗੋਦ ਅੰਦਰ 7-8 ਸਾਲ ਖੇਡਦੇ ਰਹੇ ਹੋ। ਜੇ ਕੋਈ ਗੱਲ ਯਾਦ ਹੈ ਤਾਂ ਸਾਨੂੰ ਸੁਣਾ ਦਿਓ। ਫਿਰ ਮੈਨੂੰ ਉਹ ਗੱਲ ਯਾਦ ਆ ਗਈ ਜਿਹੜੇ ਮੈਂ 2 ਸਾਲ ਪਹਿਲੇ ਸ਼ੇਰ ਬਣਾਏ ਸਨ। ਓਏ ਤੇਰੇ ਯਾਰ ਤੇਰੀ ਮਹਿਫਲ ਸਜਾਵਣਗੇ, ਤੇਰੀ ਯਾਦ 'ਚ ਆਂਸੂ ਬਹਾਵਣਗੇ, ਤੇਰੀਆਂ ਗੱਲਾਂ ਤੇ ਉਹਨਾਂ ਨੂੰ ਭੁੱਲਣੀਆਂ ਨਹੀਂ। ਸ਼ਕਲ ਭੁੱਲਦੀ ਭੁੱਲਦੀ ਭੁੱਲ ਜਾਣੀ। ਹਜ਼ਰਤ ਹਸਨ ਰਜ਼ੀ ਅੱਲਾ ਤਾਲਾ ਅਨਹੋ ਨੂੰ ਕਹਿਣ ਲੱਗੇ ਕਿ ਗੱਲ ਸੁਣਾਓ। ਸ਼ਹੀਦ ਨਾਸਨ ਫਰਮਾਉਣ ਲੱਗੇ, ਹਾਂ ਮੈਨੂੰ ਇੱਕ ਵਾਕਿਆ ਯਾਦ ਹੈ। ਇੱਕ ਦਿਨ ਮੈਂ ਨਾਨਾ ਅਬੂ ਨਾਲ ਗੁਜ਼ਰਦਾ ਸਾ ਪਿਆ, ਅਤੇ ਗੁਜ਼ਰਦਿਆਂ ਗੁਜ਼ਰਦਿਆਂ ਖਜੂਰਾਂ ਦਾ ਇੱਕ ਢੇਰ ਗੁਜ਼ਰਿਆ, ਅਤੇ ਮੈਨੂੰ ਬੜੀ ਭੁੱਖ ਲੱਗੀ ਸੀ। ਮੈਂ ਜਲਦੀ ਜਲਦੀ ਉੱਥੋਂ ਇੱਕ ਖਜੂਰ ਚੁੱਕੀ ਅਤੇ ਮੂੰਹ ਅੰਦਰ ਪਾ ਲਈ। ਚਬਾਂਦਾ ਸਾ ਪਿਆ, ਅਜੇ ਉਹ ਲੁਆਬ ਮੂੰਹ ਅੰਦਰ ਹੀ ਸੀ, ਅਤੇ ਨਾਨਾ ਅਬੂ ਨੂੰ ਵੇਖ ਕੇ ਫੁਰਨ ਉਂਗਲੀ ਮੇਰੇ ਮੂੰਹ 'ਚ ਦਾਖਲ ਕੀਤੀ, ਲੁਆਬ ਸਮੇਤ ਕੱਢ ਕੇ ਬਾਹਰ ਮਾਰੀ, ਅਤੇ ਸਿਆਬਾ ਕੋਲ ਬੈਠੇ ਸਨ। ਕਹਿਣ ਲੱਗੇ, ਅੱਲਾ ਦੇ ਨਬੀ, ਛੋਟਾ ਜਿਹਾ ਬੱਚਾ ਹੈ, ਕੀ ਹੋ ਗਿਆ? ਕੋਈ ਕਿਆਮਤ ਆ ਗਈ ਹੈ, ਖਾਣ ਲੈ ਦਿੰਦੇ ਬੱਚਾ ਸੀ, ਬੱਚਿਆਂ ਦੀ ਤਾਂ ਖੈਰ ਹੁੰਦੀ ਹੈ। ਨਬੀ ਅਲੈਹਿ ਸਲਾਮ ਨੇ ਫਰਮਾਇਆ, ਜ਼ੁਬਾਨਾਂ ਬੰਦ ਕਰ ਲਓ, ਹੋ ਸਕਦਾ ਹੈ ਸਦਕੇ ਦੀ ਖਜੂਰ ਹੋਵੇ, ਅਤੇ ਅੱਲਾ ਪਾਕ ਨੇ ਸਦਕਾ ਮੇਰੀ ਔਲਾਦ 'ਤੇ ਹਰਾਮ ਕਰ ਦਿੱਤਾ ਹੈ। ਬਦਨਸੀਬ ਬਾਪ ਦਿਓ ਹੈ ਜਿਹਦਾ ਪੁੱਤਰ ਹਰਾਮ ਕਮਾਉਂਦਾ ਹੈ ਅਤੇ ਬਾਪ ਉਹਦੀ ਨਿਗਰਾਨੀ ਕਰਦਾ ਹੈ। ਬਦਨਸੀਬ ਵਾਲਦੈਨ ਦਿਓ ਹੈ ਜਿਹੜੇ ਖੁਸ਼ੀ ਖੁਸ਼ੀ ਆਪਣੀ ਔਲਾਦ ਦੀ ਹਰਾਮ ਕਮਾਈ ਖਾ ਰਹੇ ਨੇ ਅਤੇ ਤਹਿਕੀਕ ਨਹੀਂ ਕਰਦੇ। ਰੱਬ ਦਾ ਵਾਸਤਾ ਦੇ ਕੇ ਕਹਿੰਦਾ, ਹਸਨੈਨ ਕਰੀਮੈਨ ਦੀ ਆਲਾ ਤਰਬੀਅਤ ਦਾ ਚੌਥਾ ਉਸੂਲ ਹੈ, ਜੇ ਰਿਜ਼ਕ ਦੇ ਮਾਮਲੇ ਅੰਦਰ ਕੋਈ ਕੰਪਰੋਮਾਈਜ਼ ਨਹੀਂ। ਤੁਹਾਨੂੰ ਸ਼ਰੀਕਾ ਬਰਾਦਰੀ ਕਹੇਗੀ, ਯਾਰ ਬੇਲੀ ਕਹਿਣਗੇ, ਬੱਚੇ 'ਤੇ ਇੰਨੀ ਸਖਤੀ ਕਰ ਦਿਓ। ਕਹਿਣਾ, ਉਹ ਮੈਂ ਇੰਨੀ ਸਖਤੀ ਕਰਨਾ? ਇਹਨਾਂ ਦਾ ਜਵਾਬ ਕੱਲ੍ਹ ਮੈਂ ਆਪਣੇ ਰੱਬ ਨੂੰ ਦੇਣਾ। ਲਓ ਜੀ, ਮਾਸ਼ਾਅੱਲਾ, ਬੜਾ ਹੀ ਸੋਹਣਾ ਮਾਹੌਲ ਹੈ, ਅਤੇ ਆਖਰੀ 5-7 ਮਿੰਟ ਦਿਓ, ਗੱਲ ਮੁਕਾ ਦਿਆਂ। ਅੱਲਾ ਹਲਾਲ ਨਾਲ ਜ਼ਰੂਰਤਾਂ ਪੂਰੀਆਂ ਕਰ ਦੇ, ਜਿੰਨਾ ਮਜਮਾ ਉੰਨੀ ਆਵਾਜ਼ ਨਹੀਂ ਦੇਣਾ। ਮਾਸ਼ਾਅੱਲਾ, ਮੁਹੱਬਤ ਨਾਲ ਬੋਲੋ, ਅੱਲਾ ਹਲਾਲ ਨਾਲ ਜ਼ਰੂਰਤਾਂ ਪੂਰੀਆਂ ਫਰਮਾ ਦੇ, ਅੱਲਾ ਲੁਕਮਾ ਹਰਾਮ ਤੋਂ ਮਹਿਫੂਜ਼ ਫਰਮਾ ਦੇ। ਆ ਜਿਹੜੇ ਬੱਚੇ ਮੁਲਾਜ਼ਮਤਾਂ ਦਿਹਾੜੀਆਂ ਕਰਦੇ ਨੇ, ਅੱਲਾ ਇਹਨਾਂ ਨੂੰ ਕਰੋੜਾਂ ਤੇ ਅਰਬਾਂ ਨਾਲੋਂ ਜ਼ਿਆਦਾ ਬਰਕਤਾਂ ਅਤਾ ਫਰਮਾ ਦੇ। ਬੇਟਾ, ਤੁਹਾਨੂੰ ਅੱਲਾ ਦਾ ਵਾਸਤਾ ਦੇ ਕੇ ਕਹਿੰਦਾ, ਆ ਜਿਹੜੇ ਯੂਰਪ ਅੰਦਰ ਬੈਠੇ ਨੇ ਨਾ, ਅਮਰੀਕਾ ਬੈਠੇ ਨੇ, ਖੱਬੇ ਸੱਜੇ ਬੈਠੇ ਨੇ, ਦੁਆ ਕਰੋ ਅੱਲਾ ਇਹਨਾਂ ਦੇ ਈਮਾਨ ਦੀ ਹਿਫਾਜ਼ਤ ਕਰੇ, ਦੁਆ ਕਰੋ ਅੱਲਾ ਇਹਨਾਂ ਦੇ ਮੁਸਤਕਬਲ ਦੀ ਹਿਫਾਜ਼ਤ ਕਰੇ, ਵਰਨਾ 80% ਇਹਨਾਂ ਦੀਆਂ ਔਲਾਦਾਂ ਇਹਨਾਂ ਦੇ ਹੱਥੋਂ ਨਿਕਲ ਗਈਆਂ। ਨੰਗ ਤੜੰਗ ਮਾਹੌਲ ਅੰਦਰ ਨਹੀਂ ਜੇ ਬੰਦੇ ਦਾ ਈਮਾਨ ਬਚਦਾ। ਹਾਜੀ ਸਾਹਿਬ, ਈਮਾਨ ਕੀ ਬਚਣਾ? ਮੇਰੇ ਤੋਂ ਯੂਰਪ ਦੂਰ ਹੈ, ਅਮੈਰੀਕਾ ਦੂਰ, ਮੈਂ ਕਰੀਬ ਤੋਂ ਵੇਖਿਆ, ਹਾਜੀ ਸਾਹਿਬ 5-5 ਕਿਲੋਮੀਟਰ ਤੇ ਮਸਜਿਦ ਹੀ ਕੋਈ ਨਹੀਂ। ਮੈਂ ਜਿਹੜਾ ਕੁਛ ਅਰਸਾ ਉੱਥੇ ਦਾਵਤ ਲਈ ਗੁਜ਼ਾਰਨਾ ਨਾ ਖੱਬੇ ਸੱਜੇ, ਯਕੀਨ ਕਰੋ ਮੇਰੇ ਕੋਲੋਂ ਤੁਸੀਂ ਮਸੀਤੇ ਵਾੜ ਕੇ ਸਿਰ ਤੇ ਤੁਸੀਂ ਕੁਰਾਨ ਰੱਖ ਕੇ ਕਸਮ ਲੈ ਲਓ, ਜੇ ਮਸਜਿਦ 'ਚ ਖੁਦ ਟੁਰ ਜਾਓ ਸਫ਼ਰ ਕਰਕੇ ਟੈਕਸੀ ਲੈ ਕੇ ਜਾਂ ਦੋਸਤ ਦੇ ਨਾਲ, ਤਾਂ ਅਜ਼ਾਨ ਕੰਨੀ ਪੈਂਦੀ ਹੈ, ਵਰਨਾ ਕਈ ਕਈ ਹਫ਼ਤੇ ਕੰਨਾਂ ਅੰਦਰ ਅਜ਼ਾਨ ਹੀ ਨਹੀਂ ਪੈਂਦੀ। ਦੱਸ ਐਸੇ ਮਾਹੌਲ ਨੂੰ ਕੀ ਕਰਨਾ ਹੈ? ਦੁਆ ਕਰੋ ਜਿਹੜੇ ਪਰਦੇਸ ਅੰਦਰ ਨੇ, ਅੱਲਾ ਈਮਾਨ ਦੀ ਹਿਫਾਜ਼ਤ ਫਰਮਾ।